ਹਾਲ ਓਡੀਆ ਸਟੂਡੈਂਟਸ ਵੈਰੀ ਵਾਰਮ ਵੈਲਕਮ ਟੂ ਆਲ ਆਫ ਯੂ ਹਾਂਜੀ ਬੇਟਾ ਸਕੂਲ ਖੁੱਲ ਗਏ ਨੇ ਹੈਨਾ ਬੜੀ ਖੁਸ਼ਖਬਰੀ ਆ ਬੜੀ دیر ਬਾਅਦ ਸਕੂਲ ਓਪਨ ਹੋਏ ਨੇ ਤੇ ਪਰ ਬੱਚੇ ਹਜੇ ਬਹੁਤ ਥੋੜੇ ਆ ਰਹੇ ਨੇ ਕਲਾਸਿਸ ਦੇ ਵਿੱਚ ਤੇ ਜ਼ਿਆਦਾਤਰ ਬੱਚੇ ਆਨਲਾਈਨ ਸਟੱਡੀ ਹੀ ਹਲੇ ਪ੍ਰੈਫਰ ਕਰ ਰਹੇ ਨੇ ਸੋ ਕਲਾਸ ਚ ਤਾਂ ਕੰਮ ਸਟਾਰਟ ਹੋ ਚੁੱਕਿਆ ਬੇਟਾ ਪਰ ਜਿਹੜੇ ਬੱਚੇ ਆਨਲਾਈਨ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਵੀ ਮੈਂ ਨਾਲ ਹੁੰਦੇ ਜੋ ਕਮ ਕਲਾਸ ਚ ਕਰਵਾ ਰਹੀਆਂ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਸੈਂਡ ਕਰ ਰਹੀਆਂ ਕਿ ਐਜ਼ ਇਟ ਜੋ ਮੈਂ ਕਲਾਸ ਚ ਕਰਾ ਰਹੀਆਂ ਤੁਹਾਡਾ ਵੀ ਨਾਲ-ਨਾਲੋ ਕੰਮ ਚੱਲਦਾ ਰਹੇ ਤੁਸੀਂ ਪੜ੍ਹਾਈ ਚ ਪਿੱਛੇ ਨਾ ਰਹੋ ਜਿਹੜੇ ਬੱਚਿਆਂ ਨੇ ਕਲਾਸ ਅਟੈਂਡ ਕੀਤੀ ਆ ਉਹ ਵੀ ਅਗਰ ਕਿਤੇ ਸਕਿਪ ਕਰ ਗਏ ਕੋਈ ਗੱਲ ਸਮਝ ਨਹੀਂ ਲੱਗੀ ਵੀਡੀਓ ਦੇਖ ਕੇ ਦੁਬਾਰਾ ਰੀਕਾਲ ਕਰ ਸਕਦੇ ਆ ਠੀਕ ਆ ਸੋ ਅੱਜ ਦਾ ਟੌਪਿਕ ਆ ਬੇਟਾ ਸਾਡਾ ਫਾਸਟ ਫੂਡ ਆ ਹੈਲਥ ਐਜ਼ ਇਟ ਕਲਾਸ 10th ਲਈ ਪੈਰਾਗ੍ਰਾਫ ਆ ਹੈ ਨਵੰਬਰ ਅਕਤੂਬਰ ਦੇ ਸਿਲੇਬਸ ਦਾ ਫਸਟ ਵਨ ਹਾਂਜੀ ਪੈਰਾਗ੍ਰਾਫ ਤਾਂ ਅਸੀਂ ਲਿਖਾਂਗੇ ਹੀ ਲਿਖਾਂਗੇ ਅੱਜ ਠੀਕ ਆ ਸਿੱਖਾਂਗੇ ਲਿਖਣਾ ਪਰ ਇੱਕ ਸਮਾਰਟ ਤੇ ਇਜ਼ੀ ਵੇ ਵੀ ਸਿੱਖਾਂਗੇ ਹਾਈ ਸਕੋਰ ਕਰਨ ਦਾ ਇਨ ਪੈਰਾਗ੍ਰਾਫ ਦੇ ਵਿੱਚ ਠੀਕ ਹੈ ਬੇਟਾ ਸੋ ਕਰਦੇ ਹਾਂ ਸਟਾਰਟ ਫਿਰ ਮੈਂ ਤੁਹਾਡੀ ਟੀਚਰ ਗੁਰਪ੍ਰੀਤ ਕੌਰ ਤੜੀਵਾਲ ਹਾਂਜੀ ਹਿੰਟਸ ਦੇਖੋ ਹਾਂਜੀ ਅੱਗੇ ਆਉਂਦੇ ਹੁੰਦੇ ਸੀ ਪੈਰਾਗ੍ਰਾਫ ਸਿੰਪਲ ਨਾਮ ਲਿਖਿਆ ਹੁੰਦਾ ਸੀ ਫਾਸਟ ਫੂਡ ਡਿਸਪਲਨ ਹੈਨਾ ਹੁਣ ਪਰ ਹਿੰਟਸ ਦਿੱਤੇ ਹੁੰਦੇ ਨੇ ਤੁਹਾਨੂੰ ਨਾਲ ਹੁਣ ਅਸੀਂ ਇਹਨੂੰ ਕਲੇਵਰਲੀ ਯੂਜ਼ ਕਰਨਾ ਹੈਂਟਸ ਨੂੰ ਸਮਾਰਟ ਵੇ ਨਾਲ ਯੂਜ਼ ਕਰਨਾ ਹੈਨਾ ਹਿੰਟਸ ਨੂੰ ਠੀਕ ਹੈ ਇਹ ਹੈਂਸ ਦਿੱਤੇ ਹੋਏ ਨੇ ਇਹਨਾਂ ਨੂੰ ਪੜੋ ਧਿਆਨ ਨਾਲ ਪੱਲਾ ਕਾਲੀ ਨਹੀਂ ਕਰਨੀ ਸਪੈਲਿੰਗ ਸਾਰੇ ਧਿਆਨ ਦੇ ਰੱਖਣੇ ਨੇ ਹੁਣ ਅਸੀਂ ਇਹਨਾਂ ਹੈਂਸ ਨੂੰ ਹੀ ਚੱਕ ਕੇ ਪੈਰਾਗ੍ਰਾਫ ਬਣਾ ਦੇਣਾ ਠੀਕ ਫਸਟ ਆਫ ਆਲ ਅਸੀਂ ਕੀ ਕਰਾਂਗੇ ਇਹਦਾ ਮਾਈਂਡ ਮੈਪ ਬਣਾਵਾਂਗੇ ਇਹ ਦੇਖੋ ਮੈਂ ਮਾਈਂਡ ਮੈਪ ਬਣਾਇਆ ਸੀ ਬਲੈਕ ਬੋਰਡ ਤੇ ਫਾਸਟ ਫੂਡ ਹੈਲਥ ਹੈਜ਼ ਇਟ ਉੱਥੇ ਲਿਖਿਆ ਹੋਇਆ ਤੁਸੀਂ ਸੈਂਟਰ ਦੇ ਵਿੱਚ ਲਿਖਿਆ ਹੁਣ ਕੱਲਾ ਕੱਲਾ ਹੈਂਟ ਚੱਕੋਗੇ ਤੇ ਲਿਖ ਕੇ ਮਾਈਂਡ ਮੈਪ ਬਣ ਜੂ ਕੁਇਕ ਐਂਡ ਇਨ ਐਕਸਪੈਂਸਿਵ ਕੈਨ ਵਾਈ ਯਸਟ ਅਬਾਊਟ ਐਨੀ ਵੇਅਰ ਮਚ ਪਪੂਲਰ ਮੇਡ ਬਾਇ ਦ ਚੀਪਰ ਇਨਗਰੀਡੀਅੰਟਸ 언 ਹੈਲਦੀ ਕੈਨ ਲੀਡ ਟੂ ਹੈਲਥ ਪ੍ਰੋਬਲਮਸ ਹੈਲਥ ਪ੍ਰੋਬਲਮ ਦੋ ਦਿੱਤੀਆਂ ਹੋਈਆਂ ਨੇ ਉੱਥੇ ਤਾਂ ਤੁਸੀਂ ਉਹਦੀਆਂ ਦੋ ਬ੍ਰਾਂਚੇਜ਼ ਅੱਗੇ ਹੋਰ ਬਣਾਤੀਆਂ ਹਾਰਟ ਡਿਜ਼ੀਜ਼ ਐਂਡ ਓਬੈਸਟੀ ਠੀਕ ਹੈ ਬਾਇਕਾਟ ਦਾ ਹੈਬਿਟਸ ਆਫ ਈਟਿੰਗ ਫਾਸਟ ਫੂਡ ਇਹਦੇ ਵਿੱਚ ਤੁਸੀਂ ਕੁਝ ਵੀ ਬੇਟਾ ਯਾਦ ਨਹੀਂ ਕਰਨਾ ਕੁਝ ਵੀ ਇੱਕ ਅੱਖਰ ਵੀ ਜਸ ਤੁਸੀਂ ਸਾਰੇ ਹਿੰਟ ਚੱਕੇ ਤੇ ਕੱਲੇ-ਕੱਲੇ ਹਿੰਟ ਨੂੰ ਚੱਕ ਕੇ ਤੁਸੀਂ ਮਾਈਂਡ ਮੈਪ ਬਣਾ ਦਿੱਤਾ ਇਹ ਤੁਹਾਨੂੰ ਸਕੋਰ ਹਾਈ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਤੁਸੀਂ ਹੋਰ ਜਿਹੜਾ ਆਰਟਿਸਟ ਆ ਕੋਈ ਬੰਦਾ ਡਰਾਇੰਗ ਅੱਛੀ ਆ ਨਾ ਉਹ ਹੋਰ ਵਧੀਆ ਤਰੀਕੇ ਨਾਲ ਬਣਾ ਸਕਦਾ ਇਸ ਮਾਈਂਡ ਮੈਪ ਨੂੰ ਤੁਸੀਂ ਵੀ ਕੋਸ਼ਿਸ਼ ਕਰਨੀ ਆ ਹਾਂਜੀ ਹੁਣ ਅਸੀਂ ਸਟਾਰਟ ਕਰਦੇ ਆ ਪੈਰਾਗ੍ਰਾਫ ਦੇਖੋ ਜਿਹੜੇ ਮੈਂ ਰੈੱਡ ਬਨ ਲਿਖੇ ਹੋਏ ਨੇ ਨਾ ਵਿੱਚ ਵਿੱਚ ਉਹ ਮੈਂ ਉਹ ਆਪ ਆ ਆਪਣੇ ਕੋਲੋਂ ਫਿਲ ਕਰਨੇ ਨੇ ਬਾਕੀ ਸਾਰੇ ਉਹੀ ਕੀ ਨੇ ਹਿੰਟ ਹੀ ਨੇ ਲਓ ਜੀ ਹੁਣ ਆਪਾਂ ਕਰਦੇ ਹਾਂ ਸ਼ੁਰੂ ਦੇਖੋ ਫਸਟ ਸੈਂਟੈਂਸ ਦੇ ਵਿੱਚ ਮੈਂ ਸਿਰਫ ਇਜ਼ ਭਰਿਆ ਫਾਸਟ ਫੂਡ ਇਜ਼ ਕੁਇਕ ਐਂਡ ਇਨ ਐਕਸਪੈਂਸਿਵ ਫੁੱਲ ਸਟਾਪ ਸਾਡਾ ਫਸਟ ਸੈਂਟੈਂਸ ਕੰਪਲੀਟ ਹੋ ਗਿਆ ਤੁਸੀਂ ਇਹਦੇ ਚ ਕੁਝ ਖਾਸ ਯਾਦ ਨਹੀਂ ਕਰਨਾ ਬਸ ਫਾਸਟ ਫੂਡ ਦੇ ਨਾਲ ਇਜ਼ ਲਗਾ ਦਿੱਤਾ ਸੈਕੰਡ ਦੇਖੋ ਕੀ ਸੀ ਕੈਨ ਵਾਈ ਜਸਟ ਅਬਾਊਟ ਐਨੀ ਵੇਅਰ ਅਸੀਂ ਉਹਦੇ ਮੂਰੇ ਕੀ ਲਿਖਿਆ ਵੀ 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 ਲਿਖ ਸਕਦੇ ਆ ਯੂ ਵੀ ਲਿਖ ਸਕਦੇ ਹੋ ਠੀਕ ਸੋ ਇਹ ਵੀ ਸੈਂਟੈਂਸ ਕੰਪਲੀਟ ਹੋ ਗਿਆ ਫਾਸਟ ਫੂਡ ਜਲਦੀ ਬਣ ਜਾਂਦਾ ਤੇ ਸਸਤਾ ਹੁੰਦਾ ਇਹਨੂੰ ਅਸੀਂ ਕਿਤੋਂ ਵੀ ਖਰੀਦ ਸਕਦੇ ਹਾਂ ਨੈਕਸਟ ਆ ਗਿਆ ਜੀ ਮਚ ਪਪੂਲਰ ਲਿਖਿਆ ਹੋਇਆ ਸੀ ਉਹ ਹੈਂਟ ਨੂੰ ਅਸੀਂ ਕਿੱਦਾਂ ਯੂਜ਼ ਕੀਤਾ ਸੈਂਟੈਂਸ ਕੰਪਲੀਟ ਕਰਨ ਲਈ ਇਹਦੇ ਮੂਰੇ ਫਾਸਟ ਫੂਡ ਵੀ ਲਿਖ ਸਕਦੇ ਹਾਂ ਤੁਸੀਂ ਫਾਸਟ ਫੂਡ ਇਜ਼ ਮਚ ਪਪੂਲਰ ਜਾਂ ਤੁਸੀਂ ਇਟ ਇਜ਼ ਮਚ ਪਪੂਲਰ ਅਮੰਗ ਸਕੂਲ ਚਿਲਡਰਨ ਮੈਂ ਲਿਖਿਆ ਠੀਕ ਆ ਫੁੱਲ ਸਟਾਪ ਤੁਸੀਂ ਕੱਲਾ ਸਕੂਲ ਚਿਲਡਰਨ ਵੀ ਲਿਖ ਸਕਦੇ ਹੋ ਚਿਲਡਰਨ ਵੀ ਲਿਖ ਸਕਦੇ ਹੋ ਅਮੰਗ ਚਿਲਡਰਨ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਇਹ ਸੈਂਟੈਂਸ ਤੁਸੀਂ ਕੰਪਲੀਟ ਕਰਤਾ ਹਾਂਜੀ ਅਗਲਾ ਜਿਹੜਾ ਹਿੰਟ ਸੀ ਇਨ ਐਕਸਪੈਂਸਿਵ ਬਿਕਾਉਜ਼ ਮੇਡ ਵਿਦ ਚੀਪਰ ਇਨਗਰੀਡੀਅੰਟਸ ਉਹਦੇ ਮੂਰੇ ਅਸੀਂ ਲਿਖਿਆ ਇਟ ਇਜ਼ ਠੀਕ ਜਾਂ ਫਾਸਟ ਫੂਡ ਇਜ਼ ਲਿਖ ਸਕਦੇ ਹੋ ਤੁਸੀਂ ਤੇ ਇਹ ਫੁੱਲ ਸਟਾਪ ਲਗਾਤਾ ਇਨਗਰੀਡੀਅੰਟਸ ਤੋਂ ਬਾਅਦ ਤੇ ਤੁਹਾਡਾ ਸੈਂਟੈਂਸ ਵੀ ਹੋ ਗਿਆ ਕੰਪਲੀਟ ਠੀਕ ਹੈ ਸਸਤਾ ਕਿਉਂ ਹੁੰਦਾ ਕਿਉਂਕਿ ਇਹਦੇ ਚ ਸਸਤੇ ਇਨਗਰੀਡੀਅੰਟਸ ਪਾਏ ਹੁੰਦੇ ਨੇ ਚੀਜ਼ਾਂ ਸਸਤੀਆਂ ਚੀਜ਼ਾਂ ਪਾਈ ਹੁੰਦੀਆਂ ਨੇ ਹਨਾ ਫਿਰ ਉਹ ਤੋਂ ਬਾਅਦ ਸੀ ਅਗਲਾ ਹਿੰਟ ਸੀ 언ਹੈਲਦੀ ਸੋ ਅਸੀਂ ਇਹਦੇ ਸਟਾਰਟਿੰਗ ਚ ਕੀ ਲਿਆ ਇਟ ਇਜ਼ ਵੈਰੀ 언ਹੈਲਦੀ ਹਾਂਜੀ ਤੁਸੀਂ ਇਹਨੂੰ ਫਾਸਟ ਫੂਡ ਇਜ਼ ਵੈਰੀ 언ਹੈਲਦੀ ਵੀ ਲਿਖ ਸਕਦੇ ਹੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਠੀਕ ਹੈ ਹੁਣ ਇਹ ਇੱਥੇ ਵੀ ਫੁੱਲ ਸਟਾਪ ਲਗਾਇਆ 언ਹੈਲਦੀ ਤੋਂ ਬਾਅਦ ਕੰਪਲੀਟ ਹੋ ਗਿਆ ਸੈਂਟੈਂਸ ਨੈਕਸਟ ਸੈਂਟੈਂਸ ਕੈਨ ਲੀਡ ਟੂ ਹੈਲਥ ਪ੍ਰੋਬਲਮਸ ਲਾਈਕ ਹਾਰਟ ਡਿਜ਼ੀਜ਼ ਐਂਡ ਓਬੈਸਟੀ ਠੀਕ ਹੈ ਇਹਦੇ ਮੂਰੇ ਵੀ ਅਸੀਂ ਇਰਟ ਲਗਾਇਆ ਜਾਂ ਤੁਸੀਂ ਫਾਸਟ ਫੂਡ ਲਗਾ ਲਓ ਸੋ ਇਹਦੇ ਨਾਲ ਵੀ ਤੁਹਾਡਾ ਸੈਂਟੈਂਸ ਕੰਪਲੀਟ ਆ ਹਾਂਜੀ ਲਾਸਟ ਸੀ ਬਾਇਕਾਟ ਦਾ ਹੈਬਿਟਸ ਆਫ ਈਟਿੰਗ ਫਾਸਟ ਫੂਡਸ ਉਹਦੇ ਮੂਰੇ ਅਸੀਂ ਕੀ ਲਿਖਿਆ ਵੀ ਸ਼ੁਡ या यू शुड वी शुड ਸਾਨੂੰ ਸਾਰੇ ਅਸੀਂ ਉਹਦੇ ਵਿੱਚ ਸ਼ਾਮਲ ਆ ਨਾ ਸਾਰੇ ਕਦੇ ਨਾ ਕਦੇ ਤਾਂ ਫਾਸਟ ਫੂਡ ਖਾਂਦੇ ਆ ਇਸ ਲਈ ਅਸੀਂ ਵੀ शुड ਸਾਨੂੰ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਫਾਸਟ ਫੂਡ ਖਾਣ ਦੀਆਂ ਹੈਬਿਟਸ ਦਾ ਆਦਤਾਂ ਦਾ ਇਹ ਬਣ ਗਿਆ ਜੀ ਤੁਹਾਡਾ ਪੈਰਾਗ੍ਰਾਫ ਤੇ ਇਹ ਤੁਹਾਡਾ ਵਧੀਆ ਸਕੋਰ ਕਰ ਸਕਦਾ ਅਗਰ ਤੁਸੀਂ ਮਾਈਂਡ ਮੈਪ ਬਣਾਤਾ ਤੇ ਇਸ ਤਰੀਕੇ ਨਾਲ ਕਰਤਾ ਅਗਰ ਥੋੜਾ ਹੋਰ ਇੰਪ੍ਰੈਸਿਵ ਬਣਾਉਣਾ ਚਾਹੁੰਦੇ ਹੋ ਬੇਟਾ ਤਾਂ ਤੁਸੀਂ ਕੁਝ ਕੁ ਸੈਂਟੈਂਸ ਹੋਰ ਇਹਦੇ ਵਿੱਚ ਐਡ ਆਨ ਕਰ ਸਕਦੇ ਹੋ ਜਿੱਦਾਂ ਇਟ ਇਜ਼ ਆਇਲੀ ਐਂਡ ਸਪਾਈਸੀ ਇਹ ਤੇਲੀਆਂ ਹੁੰਦਾ ਤੇ ਮਸਾਲੇਦਾਰ ਹੁੰਦਾ ਫਾਸਟ ਫੂਡ ਇਜ਼ ਆਲਸੋ ਨੋਨ ਐ ਜੰਕ ਫੂਡ ਫਾਸਟ ਫੂਡ ਨੂੰ ਜੰਕ ਫੂਡ ਵੀ ਕਹਿੰਦੇ ਆ ਪੀਜ਼ਾ ਵਰਗਰ ਫ੍ਰੈਂਚ ਫ੍ਰਾਈਜ਼ ਕੈਂਡੀਆਂ ਫਿਜ਼ੀ ਡਰਿੰਕਸ ਕੋਕ ਆਲ ਆਰ ਫਾਸਟ ਫੂਡਸ ਅਜਿੰਨੇ ਨਾਮ ਗਿਣੇ ਨੇ ਸਭ ਤੁਹਾਨੂੰ ਆਉਂਦੇ ਨੇ ਹੋਰ 10 ਨਾਮ ਤੁਸੀਂ ਵਿੱਚ ਲਿਖ ਸਕਦੇ ਹੋ ਇਹਦੇ ਠੀਕ ਆ ਤੇ ਇਹ ਵੀ ਸੈਂਟੈਂਸ ਹੋ ਗਿਆ ਇੱਕ ਤੁਹਾਡਾ ਇਟ ਇਜ਼ ਟੇਸਟੀ ਬਟ ਨੋਟ ਹੈਲਦੀ ਇਹ ਸਵਾਦਲਾ ਤਾਂ ਹੁੰਦਾ ਪਰ ਹੈਲਦੀ ਨਹੀਂ ਸਿਹਤਮੰਦ ਨਹੀਂ ਹੁੰਦਾ ਈਟ ਹੈਲਦੀ ਲਿਵ ਹੈਲਦੀ ਸੋ ਇਹ ਤੁਹਾਡਾ ਹੋ ਗਿਆ ਇਹ ਤੁਸੀਂ ਕਿੱਥੇ ਤੁਸੀਂ ਤੁਹਾਡੀ ਮਰਜ਼ੀ ਆ ਤੁਸੀਂ ਇਸ ਤੋਂ ਬਾਅਦ ਵੀ ਜਿੱਥੇ ਅੰਡ ਕੀਤਾ ਉੱਥੋਂ ਵੀ ਲਿਖ ਸਕਦੇ ਹੋ ਤੇ ਅਨ ਹੈਲਦੀ ਤੋਂ ਬਾਅਦ ਵੀ ਇਹ ਵਾਲੀਆਂ ਲਾਈਨਸ ਲਿਖ ਸਕਦੇ ਹੋ ਜਿੰਨੀਆਂ ਤੁਹਾਡੇ ਯਾਦ ਰਹਿ ਗਈਆਂ ਤੁਸੀਂ ਹੋਰ ਕੁਝ ਵੀ ਸਿੰਪਲ ਸੈਂਟੈਂਸ ਹੋਰ ਵੀ ਬਣਾ ਸਕਦੇ ਹੋ ਆਪਣੇ ਅਕੋਰਡਿੰਗ ਠੀਕ ਹੈ ਬੇਟਾ ਇਹ ਸੀ ਇਜ਼ੀ ਵੇ ਪੈਰਾਗ੍ਰਾਫ ਨੂੰ ਲਰਨ ਕਰਨ ਦਾ ਤੇ ਰਾਈਟ ਕਰਨ ਦਾ ਮਾਈਂਡ ਮੈਪ ਬਣਾਉਣਾ ਨਹੀਂ ਭੁੱਲਣਾ ਕਲੀਨ ਹੈਨਾ ਸੋਹਣਾ ਜਿਹਾ ਕਰਕੇ ਬਣਾਉਣਾਗਾ ਮਾਈਂਡ ਮੈਪ ਤੇ ਥੱਲੇ ਫਿਰ ਤੁਸੀਂ ਪੈਰਾਗ੍ਰਾਫ ਲਿਖਣਾ ਉੱਥੇ ਨਹੀਂ ਪੇਪਰ 'ਚ ਨਹੀਂ ਤੁਸੀਂ ਇਹ ਗੱਲ ਕਰਨੀ ਕਿ ਮੈਂ ਰੈੱਡ 'ਚ ਲਿਖਿਆ ਤੁਸੀਂ ਰੈੱਡ 'ਚ ਲਿਖਣਾ ਉੱਥੇ ਤੁਸੀਂ ਸਾਰਾ ਬਲੂ 'ਚ ਲਿਖਣਾ ਕੋਈ ਅੰਡਰਲਾਈਨ ਨਹੀਂ ਕਰਨੀ ਬਲੈਂਕਸ ਜਿਹੜੀ ਮੈਂ ਅੰਡਰਲਾਈਨ ਕੀਤੀ ਹੈ ਬੱਚੇ ਕਈ ਵਾਰ ਕਰਦੇ ਆ ਪਿਛਲੇ ਸਾਲ ਵੀ ਜਦੋਂ ਮੈਂ ਬੱਚਿਆਂ ਨੂੰ ਕਰਾਇਆ ਫਿਰ ਟੈਸਟ 'ਚ ਵੀ ਅੰਡਰਲਾਈਨ ਕਰੀ ਜਾਂਦੇ ਸੀ ਉੱਥੇ ਅੰਡਰਲਾਈਨ ਨਹੀਂ ਕਰਨਾ ਇੱਥੇ ਆਪਾਂ ਤੁਹਾਨੂੰ ਰੈੱਡ ਲਿਖਿਆ ਜਾਂ ਅੰਡਰਲਾਈਨ ਲਿਖਿਆ ਕੀਤਾ ਉਹਨੂੰ ਤੁਹਾਨੂੰ ਸਮਝਾਉਣ ਲਈ ਕੀਤਾ ਉੱਥੇ ਨਹੀਂ ਤੁਸੀਂ ਉੱਥੇ ਸਿੰਪਲ ਸੈਂਟੈਂਸਸ ਲਿਖਣੇ ਨੇ ਠੀਕ ਹੈ ਬੇਟਾ ਇਸੇ ਤੁਹਾਡਾ ਪੈਰਾਗ੍ਰਾਫ ਥੈਂਕਸ ਫॉर ਵਾਚਿੰ